ਕਿੱਦਾਂ ਦੇਖਦੇ ਹੋ ਤੁਸੀਂ ਆਏ ਹੋ ਅੱਜ ਇਲੈਕਸ਼ਨ ਕਮਿਸ਼ਨ ਕੋਲ, ਕੀ ਮਸਲਾ ਕੀ ਹੈ? ਦੇਖੋ ਜੀ, ਮੈਂ ਜਿਹੜੇ ਸਾਡੇ ਸਟੇਟ ਇਲੈਕਸ਼ਨ ਕਮਿਸ਼ਨਰ ਨੇ ਡਾਕਟਰ ਰਾਜਕਮਲ ਚੌਧਰੀ ਜੀ, ਉਹਨਾਂ ਨੂੰ ਮਿਲਣ ਆਇਆ ਸੀ ਕਿਉਂਕਿ ਪਿਛਲੇ 2-3 ਦਿਨ ਤੋਂ ਜਿਹੜੀ ਪੰਜਾਬ 'ਚ ਜ਼ਿਆਦਤੀ ਹੋ ਰਹੀ ਆ ਪੰਚਾਇਤਾਂ ਦੇ ਇਲੈਕਸ਼ਨ ਨੂੰ ਲੈ ਕੇ, ਜਿਹੜੀਆਂ ਧਾਂਦਲੀਆਂ ਨੇ ਹੋਈਆਂ ਨੇ, ਜਿਹੜੀਆਂ ਜ਼ਿਆਦਤੀਆਂ ਹੋਈਆਂ ਨੇ। ਮੇਰੀ ਆਪਣੀ ਪਾਰਲੀਮੈਂਟ 'ਚ ਕੋਈ ਵਿਧਾਨ ਸਭਾ 'ਚ ਨਹੀਂ ਆ ਜਿੱਥੇ ਆਮ ਪਾਰਟੀ ਦੇ ਲੀਡਰਾਂ ਨੇ, ਉਹਨਾਂ ਦੇ MLAs ਨੇ, ਉਹਨਾਂ ਦੇ ਮਿਨਿਸਟਰਾਂ ਨੇ ਜ਼ਿਆਦਤੀ ਨਾ ਕੀਤੀ ਹੋਵੇ। ਗਲਤ ਪੇਪਰ, ਪਹਿਲਾਂ ਤਾਂ ਪੇਪਰ ਦੇਣ ਨਹੀਂ ਸੀ ਦੇ ਰਹੇ, ਔਰ ਅਸੀਂ ਜਦੋਂ ਸ਼ਿਕਾਇਤ ਕਰਦੇ ਹੀ ਉਦੋਂ ਖਿਸਕ ਜਾਂਦੇ ਸੀ। ਇੰਨੀ ਬੁਰੀ ਹਾਲਤ ਸੀ ਸਭ ਜਗ੍ਹਾ। ਔਰ 4 ਨੂੰ ਨੋਮੀਨੇਸ਼ਨ ਹੋਈ ਆ, 5 ਨੂੰ ਸਕਰੂਟਨੀ ਆ, 5 ਦੀ ਸਕਰੂਟਨੀ ਦੀ ਰਾਤ ਤੱਕ ਲਿਸਟ ਨਹੀਂ ਲਾਉਂਦੇ, 5 ਦੀ ਰਾਤ ਨੂੰ, ਕੱਲ੍ਹ ਬਾਅਦ ਦੁਪਹਿਰ 3-4 ਵਜੇ ਦੱਸਦੇ ਕਿ ਤੇਰੇ ਪੇਪਰ ਕੈਂਸਲ ਹੋ ਗਏ ਆ। ਉਹ ਬੰਦੇ ਕੋਲ ਕੋਈ ਰਸਤਾ ਨਹੀਂ ਆ ਲੀਗਲ, ਕਿਉਂਕਿ ਪਹਿਲਾਂ ਉਹ DC ਕੋਲ, SDM ਕੋਲ, 100 ਬੰਦਿਆਂ ਕੋਲ ਜਾ ਸਕਦਾ। ਇਹਨਾਂ ਨੇ ਓਪਰੇਸ਼ਨ ਇਸ ਹਿਸਾਬ ਨਾਲ ਕੀਤੇ ਆਮ ਪਾਰਟੀ ਨੇ ਕਿ ਲੋਕਾਂ ਨੂੰ ਕਾਨੂੰਨੀ ਜਿਹੜਾ ਰਸਤਾ ਸੀ ਉਹ ਵੀ ਲੈਣ ਦਾ ਰਸਤਾ ਨਹੀਂ ਛੱਡਿਆ। ਮੈਂ ਸਮਝਦਾ ਇੰਨਾ ਘਾਣ ਥੱਲੇ ਦੀ ਰਾਜਨੀਤੀ ਦਾ, ਇੰਨਾ ਜ਼ਿਆਦਾ ਜ਼ਿਆਦਤੀਆਂ ਵਾਲਾ ਇਲੈਕਸ਼ਨ, ਮੈਂ ਅਫਸਰ ਵੀ ਰਿਹਾ, ਪੋਲੀਟੀਸ਼ੀਅਨ ਵੀ ਹਾਂ, ਇਸ ਤਰ੍ਹਾਂ ਦਾ ਨਹੀਂ ਦੇਖਿਆ ਜਿਸ ਤਰ੍ਹਾਂ ਦੀ ਆਮ ਪਾਰਟੀ ਸਰਕਾਰ ਕਰਦੀ ਆ। ਉਹ ਸਾਰੀਆਂ ਮੈਂ ਅੱਜ ਸ਼ਿਕਾਇਤਾਂ ਲੈ ਕੇ ਆਇਆ ਸੀ ਕਿ ਇਹਦੇ 'ਤੇ ਕਾਰਵਾਈਆਂ ਕਰੋ ਔਰ ਇਹਦਾ ਰਸਤਾ ਕਰੋ। ਹੁਣ ਗਾਂਹ ਤੋਂ ਜਿਹੜੀਆਂ ਵੋਟਾਂ ਪੈਣੀਆਂ ਨੇ ਉਹਦੇ 'ਚ ਆਮ ਪਾਰਟੀ ਵਾਲੇ ਇਹ ਸਰਕਾਰ ਦਾ ਮਿਸਯੂਜ਼ ਕਰਕੇ, ਇਹ ਨਾ ਹੋਣ ਕਿ ਸਾਡੇ ਲੋਕਾਂ ਨੂੰ ਵੋਟ ਹੀ ਨਾ ਪਾਉਣ ਦੇਣ। ਇਹ ਸਾਰੀਆਂ ਮੈਂ ਗੱਲਾਂ ਕਰਕੇ, ਇਸਦਾ ਕੋਈ ਹੱਲ ਮਿਲਿਆ ਜੀ? ਉਹਨਾਂ ਨੇ ਕਿਹਾ ਕਿ ਅਸੀਂ ਬਿਲਕੁਲ ਹੱਲ ਕਰਾਂਗੇ, ਪਹਿਲਾਂ ਵੀ ਅਸੀਂ ਬਹੁਤ ਸਾਰੀਆਂ ਡਾਇਰੈਕਸ਼ਨ ਦਿੱਤੀਆਂ ਨੇ, ਹੁਣ ਨਵੀਆਂ ਡਾਇਰੈਕਸ਼ਨ ਦੇਵਾਂਗੇ ਵੋਟਿੰਗ ਦੇ ਵਕਤ, ਤਾਂ ਜੋ ਗੜਬੜ ਨਾ ਹੋ ਸਕੇ। ਜਿਨ੍ਹਾਂ ਦੇ ਰੱਦ ਕਰਤੇ ਜੀ, ਉਹਨਾਂ ਨੂੰ ਕੋਈ ਰੀਕਨਸਿਡਰ ਕੀਤਾ ਜਾਏ? ਉਹਨਾਂ ਨੂੰ ਹੁਣ ਇਹ ਕਹਿ ਰਹੇ ਆ ਕਿ ਦੇਖੋ ਜੀ, ਉਹਨਾਂ ਨੂੰ ਇਲੈਕਸ਼ਨ ਤੋਂ ਬਾਅਦ DC ਕੋਲ ਪਾਵਰ ਹੈਗੀ ਆ, ਔਰ DC ਨੂੰ ਇਹ ਵੀ ਪਾਵਰ ਹੁੰਦੀ ਹੈ ਕਿ ਜੇ ਉਹ ਗਲਤ ਪੇਪਰ ਰਿਜੈਕਟ ਕੀਤੇ ਆ ਉਹ ਇਲੈਕਸ਼ਨ ਵੀ ਰੱਦ ਕੀਤੀ ਜਾ ਸਕਦੀ ਆ। ਮੈਂ ਤਾਂ ਹੀ ਤਾਂ ਮੈਂ ਜਿਹੜੀ ਗੱਲ ਤੁਹਾਨੂੰ ਦੱਸ ਰਿਹਾ, ਉਹ 5 ਤਰੀਕ ਨੂੰ ਉਹਨਾਂ ਲੋਕਾਂ ਕੋਲ ਮੌਕਾ ਸੀ, ਜੇ ਸ਼ਾਮ ਤੱਕ ਵੀ ਦੱਸ ਦਿੰਦੇ ਉਹ ਮੌਕਾ ਸੀ, ਉਹ ਰਾਤ ਵੀ ਕੱਢਤੀ, 6 ਦੀ ਸਵੇਰ ਵੀ ਕੱਢਤੀ, ਸਵੇਰੇ 12 ਵਜੇ 1 ਵਜੇ ਤੱਕ ਵੀ ਉਹ ਵਿਚਾਰੇ ਆਪਣੀਆਂ ਐਪਲੀਕੇਸ਼ਨਾਂ ਦੇ ਸਕਦੇ ਸੀ। ਉਹੀ ਮੈਂ ਗੱਲ ਕਹਿ ਰਿਹਾ ਕਿ ਇੰਨੇ ਤਰੀਕੇ ਨਾਲ ਲੋਕਾਂ ਦੇ ਪੇਪਰ ਰਿਜੈਕਟ ਕੀਤੇ ਆ ਕਿ ਜਿਹੜਾ ਲੀਗਲ ਵੇ ਆਊਟ ਸੀ ਉਹਦਾ ਸਾਰਾ ਰਸਤਾ ਬੰਦ ਕਰਤਾ। ਇਹ ਆਮ ਪਾਰਟੀ ਦੀ ਸਰਕਾਰ ਆ। ਮੈਂ ਇਹ ਸਾਰੇ ਕੰਮਾਂ ਦਾ ਇਹਨਾਂ ਦਾ ਵਿਰੋਧ ਕਰਦਾ ਔਰ ਇਹਨਾਂ ਨੂੰ ਚੇਤਾਵਨੀ ਦਿੰਦਾ। ਤੁਹਾਨੂੰ ਅਜੇ ਹੁਣ ਅਸੀਂ ਪਾਰਲੀਮੈਂਟ 'ਚ ਹਰਾਇਆ, ਤੁਹਾਨੂੰ ਅਜੇ ਹੁਣ ਤੁਹਾਡੀਆਂ ਸਾਰਾ ਕੁਛ ਅਸੀਂ ਤੁਹਾਨੂੰ ਹਟਾਇਆ ਕਿ ਨਹੀਂ ਹਰਾਇਆ? 7 ਸੀਟਾਂ ਸਾਡੀਆਂ, ਤੁਸੀਂ ਤੁਹਾਨੂੰ ਸਿੱਟ ਅਤੇ ਅਜੇ ਵੀ ਫਿਰ ਤੁਸੀਂ ਜਾਤੀ ਕਰਨ ਦਾ ਸੋਚ ਰਹੇ ਹੋ? ਪੰਚਾਇਤਾਂ 'ਚ ਵੀ ਤੁਹਾਨੂੰ ਹਰਾਵਾਂਗੇ ਔਰ ਦੇਖਿਓ ਅੱਗੀ ਅਗਲੀ ਅਸੈਂਬਲੀ 'ਚ ਲੋਕ ਤੁਹਾਡਾ ਕੀ ਬਣਾਉਂਦੇ ਆ। ਹਾਂਜੀ, ਠੀਕ ਹੈ ਸਰ, ਥੈਂਕ ਯੂ।